ਹਾਂਜੀ ਸਟੂਡੈਂਟਸ ਵੈਲਕਮ। ਜਨਵਰੀ 2023 ਦੇ ਕਰੰਟ ਅਫੇਅਰਸ ਕਰ ਰਹੇ ਹਾਂ ਅਸੀਂ। ਨੈਕਸਟ ਵੀਡੀਓ ਆ ਸਾਡੀ ਤੀਸਰੇ ਨੰਬਰ ਵਾਲੀ, ਤਾਂ ਇਹਦੇ ਵਿੱਚ ਸਭ ਤੋਂ ਪਹਿਲਾ ਕੁਐਸਚਨ ਆ ਸਾਡੇ ਕੋਲ ਜਿਹੜਾ ਜਨਵਰੀ 2023 ਨਾਲ ਸੰਬੰਧਿਤ ਆ। ਵਿਸ਼ਵ ਹਿੰਦੀ ਦਿਵਸ ਦੁਨੀਆ ਭਰ ਵਿੱਚ ਭਾਸ਼ਾ ਬਾਰੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ ਡੈਸ਼ ਨੂੰ ਮਨਾਇਆ ਜਾਂਦਾ ਹੈ। ਜਨਵਰੀ ਨਾਲ ਸੰਬੰਧਿਤ ਆ ਅਤੇ 23 ਜਨਵਰੀ 23 ਦੇ ਵਿੱਚ ਵੀ ਮਨਾਇਆ ਗਿਆ ਹੈ, ਤਾਂ ਇਹ ਕਿਹੜਾ ਦਿਨ ਆ, ਇਹ ਡੇਟ ਕਿਹੜੀ ਆ, ਅਸੀਂ ਇਹੀ ਦੱਸਣਾ ਹੈ। ਤਾਂ 10 ਜਨਵਰੀ ਦੀ ਤਰੀਕ ਆ, ਜਨਵਰੀ ਮਹੀਨੇ ਦੇ ਵਿੱਚ ਆਏ ਸਾਲ ਜਿਹੜਾ ਇਹ ਮਨਾਇਆ ਜਾਂਦਾ ਹੈ। ਵਿਸ਼ਵ ਹਿੰਦੀ ਸੰਮੇਲਨ 2023 ਦਾ ਵਿਸ਼ਾ ਕੀ ਆ? ਇਸ ਦਾ ਵਿਸ਼ਾ ਹੈਗਾ ਜੀ ਹਿੰਦੀ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਪਰੰਪਰਾਗਤ ਗਿਆਨ। ਸਾਡਾ ਅਗਲਾ ਕੁਐਸਚਨ ਆ, ਇਸ ਸਾਲ ਵਿਸ਼ਵ ਹਿੰਦੀ ਸੰਮੇਲਨ 2023 ਦੀ ਮੇਜ਼ਬਾਨੀ ਹੇਠ ਲਿਖੇ ਵਿੱਚੋਂ ਕਿਹੜਾ ਦੇਸ਼ ਕਰ ਰਿਹਾ ਹੈ? ਕਿਉਂਕਿ ਜਿਹੜੇ ਇਹ MCQs ਨੇ ਇਹ 2023 ਦੇ ਨੇ, ਹੁਣ 2024 ਚੜ੍ਹ ਰਿਹਾ ਹੈ, ਤਾਂ ਇਹ ਅਸੀਂ ਗੱਲ ਕਰਾਂਗੇ ਕਿ 2023 ਦੇ ਵਿੱਚ ਮੇਜ਼ਬਾਨੀ ਕਿਸਨੇ ਕੀਤੀ ਸੀ ਇਸ ਦੀ। ਤਾਂ 2023 ਦੇ ਵਿੱਚ ਇਸ ਦੀ ਮੇਜ਼ਬਾਨੀ ਆ ਜਿਹੜੀ ਉਹ ਫਿਜੀ ਨੇ ਕੀਤੀ ਸੀਗੀ। ਹਾਕੀ ਵਾਲੀ ਸਰਪੰਚ ਨੇ ਰਾਜਸਥਾਨ ਦੇ ਪਿੰਡ ਵਿੱਚ ਕਿਸਾਨਾਂ ਨੂੰ ਮਜ਼ਬੂਤ ਲਈ ਡੈਸ਼ ਨਾਲ ਸਮਝੌਤਾ ਕੀਤਾ, ਨਵਾੜ ਨਾਲ ਸਮਝੌਤਾ ਕੀਤਾ। DPIIT ਡੈਸ਼ ਤੱਕ ਸਟਾਰਟਅਪ ਇੰਡੀਆ ਇਨੋਵੇਸ਼ਨ ਵੀਕ ਆਯੋਜਿਤ ਕਰੇਗੀ। ਕਦੋਂ ਤੱਕ ਕਰੇਗੀ, ਕਿਹੜੇ ਹਫ਼ਤੇ ਦੇ ਵਿੱਚ ਕਰੇਗੀ, ਇਹੀ ਉੱਤਰ ਦੇਣਾ ਹੈ ਅਸੀਂ। ਤਾਂ 10 ਤੋਂ ਲੈ ਕੇ 16 ਜਨਵਰੀ 2023 ਦੇ ਵਿੱਚ ਕੀਤਾ ਇਸਨੇ। ਅੱਗੇ ਕੁਐਸਚਨ ਆ ਸਾਡਾ, ਜੈਪੁਰ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ 15ਵੇਂ ਐਡੀਸ਼ਨ ਦੇ ਉਦਘਾਟਨੀ ਸਮਾਰੋਹ ਵਿੱਚ ਕਿਸ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ? ਤਾਂ ਸਾਡਾ ਆਂਸਰ ਕੀ ਹੈ ਜੀ, ਅਰਪਨਾ ਸੇਨ ਨੂੰ, ਅਪਰਨਾ ਸੇਨ। ਗੇਂਦਾਂ ਦਾ ਸਾਹਮਣਾ ਕਰਨ ਵਾਲੇ ਮਾਮਲੇ ਵਿੱਚ T20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਤੇਜ਼ 1500 ਦੌੜਾਂ ਬਣਾਉਣ ਵਾਲਾ ਖਿਡਾਰੀ ਕੌਣ ਬਣਿਆ ਹੈ? ਸੂਰਿਆ ਕੁਮਾਰ ਜਾਧਵ। ਅਗਲਾ ਕੁਐਸਚਨ ਸਾਡੇ ਕੋਲ, ਹੇਠਾਂ ਦਿੱਤੇ ਵਿੱਚੋਂ ਕਿਸ ਨੂੰ ਭਾਰਤ ਵਿੱਚ ਮੈਟਾ ਦੇ ਗਲੋਬਲ ਵਪਾਰ ਸਮੂਹ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ? ਵਿਕਾਸ ਪੁਰੋਹਿਤ ਨੂੰ। ਭਾਰਤ ਵਿੱਚ BCCI ਨੇ ਕਿਲਰ ਜੀਨਸ ਬਣਾਉਣ ਵਾਲੀ ਕੇਵਲ ਕਿਰਨ ਕਲੋਦਿੰਗ ਲਿਮਿਟਡ ਨੂੰ ਭਾਰਤੀ ਕ੍ਰਿਕਟ ਟੀਮ ਦੇ ਅਧਿਕਾਰਤ ਸਪਾਂਸਰ ਵਜੋਂ ਹੇਠਾਂ ਦਿੱਤੇ ਵਿੱਚੋਂ ਕਿਸ ਦੀ ਥਾਂ 'ਤੇ ਹਸਤਾਖਰ ਕੀਤੇ ਹਨ? ਤਾਂ ਸਾਡਾ ਆਂਸਰ ਕੀ ਹੈ ਜੀ, MPL ਦੀ ਥਾਂ 'ਤੇ। ਸਾਡਾ ਅਗਲਾ ਕੁਐਸਚਨ ਆ, ਗੋਲਡਨ ਗਲੋਬ ਅਵਾਰਡਸ 2023 ਵਿੱਚ ਹੇਠ ਲਿਖੇ ਭਾਰਤੀ ਗੀਤਾਂ ਵਿੱਚੋਂ ਕਿਸ ਨੇ ਸਰਵੋਤਮ ਗੀਤ ਸ਼੍ਰੇਣੀ ਜਿੱਤੀ? ਤਾਂ ਸਾਡਾ ਆਂਸਰ ਕੀ ਹੈ, ਨਾਤੂ ਨਾਤੂ। ਪਹਿਲਾਂ ਵੀ ਇਹ ਡਿਸਕਸ ਕੀਤਾ ਅਸੀਂ, ਕੁਐਸਚਨ ਇਹ ਰਿਪੀਟ ਹੋਇਆ ਵਿਆ।
ਸੰਯੁਕਤ ਰਾਜ ਵਿੱਚ ਹਰ ਸਾਲ ਡੈਸ਼ ਨੂੰ ਰਾਸ਼ਟਰੀ ਮਨੁੱਖੀ ਤਸਕਰੀ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ। ਤਾਂ ਇਹ ਹੈਗਾ ਜੀ ਸਾਡੇ ਕੋਲ 11 ਜਨਵਰੀ। ਅਗਲਾ ਕੁਐਸਚਨ ਹੈ, ਨਵੀਂ ਦਿੱਲੀ ਵਿੱਚ ਆਯੋਜਿਤ ਡਿਜੀਟਲ ਇੰਡੀਆ ਅਵਾਰਡਸ 2022 ਵਿੱਚ ਨਾਗਰਿਕਾਂ ਦੀ ਡਿਜੀਟਲ ਸਸ਼ਕਤੀਕਰਨ ਸ਼੍ਰੇਣੀ ਵਿੱਚ ਸਰਕਾਰ ਦੀ ਕਿਹੜੀ ਪ੍ਰਮੁੱਖ ਪਹਿਲਕਦਮੀ ਨੇ ਪਲੈਟੀਨਮ ਅਵਾਰਡ ਜਿੱਤਿਆ? ਤਾਂ ਸਾਡੇ ਕੋਲ ਆਂਸਰ ਆ ਜੀ ਈ ਨਾਮ ਨੇ। ਹਰਬਲ ਲਾਈਫ ਨਿਊਟ੍ਰੀਸ਼ਨ ਇੰਡੀਆ ਪ੍ਰਾਈਵੇਟ ਲਿਮਿਟਡ ਦੁਆਰਾ ਸਪਾਂਸਰਡ ਸਪੋਰਟਸ ਅਥਲੀਟ ਦੇ ਤੌਰ 'ਤੇ ਹੇਠ ਲਿਖੀਆਂ ਭਾਰਤੀ ਮਹਿਲਾ ਕ੍ਰਿਕਟਰਾਂ ਵਿੱਚੋਂ ਕਿਸ ਨੇ ਹਸਤਾਖਰ ਕੀਤੇ ਹਨ? ਤਾਂ ਸਾਡੇ ਕੋਲ ਆਂਸਰ ਹੈਗਾ ਸਮ੍ਰਿਤੀ ਮੰਥਾਨਾ ਨੇ। ਕਿਹੜੀ ਵਿੱਤੀ ਸੇਵਾ ਕੰਪਨੀ ਨੂੰ ਆਨਲਾਈਨ ਭੁਗਤਾਨ ਐਗਰੀਗੇਟਰ ਵਜੋਂ ਕੰਮ ਕਰਨ ਲਈ RBI ਤੋਂ ਸਿਧਾਂਤਕ ਮਨਜ਼ੂਰੀ ਮਿਲਦੀ ਹੈ? ਤਾਂ ਸਾਡਾ ਆਂਸਰ ਕੀ ਆਊਗਾ? ਭਾਰਤ ਪੇ। ਹੇਠਾਂ ਦਿੱਤਿਆਂ ਵਿੱਚੋਂ ਕਿਸ ਨੂੰ ਗੈਥੋਨ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ? ਤਾਂ ਇਹਦਾ ਉੱਤਰ ਸਾਡੇ ਕੋਲ ਕੀ ਆ, ਐਲਨ ਕਲਾਡ ਰਾਈਸ ਬਾਇਨਸ। ਅਗਲਾ ਕੁਐਸਚਨ ਆ ਸਾਡੇ ਕੋਲ, ਅਰਵਿੰਦ ਮੰਡਲੋਈ ਦੁਆਰਾ ਲਿਖੀ ਕਿਤਾਬ ਜਾਦੂਨਾਮਾ ਜਨਵਰੀ 2023 ਵਿੱਚ ਲਾਂਚ ਕੀਤੀ ਗਈ ਸੀ। ਇਹ ਕਿਤਾਬ ਹੇਠਾਂ ਦਿੱਤੇ ਵਿੱਚੋਂ ਕਿਸ ਉੱਤੇ ਲਿਖੀ ਗਈ ਆ? ਇਹ ਕਿਤਾਬ ਜਿਹੜੀ ਲਿਖੀ ਗਈ ਆ ਉਹ ਜਾਵੇਦ ਅਖਤਰ ਉੱਪਰ ਲਿਖੀ ਗਈ ਆ। ਅਗਲਾ ਕੁਐਸਚਨ ਆ ਸਾਡਾ, ਹਿਊਗੋ ਲੌਰਿਸ ਨੇ ਜਨਵਰੀ 23 ਵਿੱਚ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕੀਤੀ ਹੈ। ਉਹ ਹੇਠ ਲਿਖਿਆਂ ਵਿੱਚੋਂ ਕਿਸ ਰਾਸ਼ਟਰੀ ਟੀਮ ਲਈ ਖੇਡਿਆ ਸੀ? ਤਾਂ ਸਾਡੇ ਕੋਲ ਆਂਸਰ ਕੀ ਆ, ਫਰਾਂਸ ਲਈ ਖੇਡਿਆ ਸੀ ਉਹ। ਅੱਗੇ ਕੁਐਸਚਨ ਆ ਜੀ, ਹੇਠ ਲਿਖੀਆਂ ਰਾਜ ਸਰਕਾਰਾਂ ਵਿੱਚੋਂ ਕਿਸਨੇ ਰਾਜ ਦੀਆਂ ਔਰਤਾਂ ਨੂੰ ਜਨਤਕ ਸੇਵਾਵਾਂ ਅਤੇ ਅਹੁਦਿਆਂ ਵਿੱਚ 30% ਰਾਖਵੇਂ ਕਰਨ ਦਾ ਕਾਨੂੰਨੀ ਅਧਿਕਾਰ ਪ੍ਰਦਾਨ ਕਰਨ ਲਈ ਇੱਕ ਬਿੱਲ ਪਾਸ ਕੀਤਾ ਹੈ? ਉੱਤਰਾਖੰਡ ਸਰਕਾਰ ਨੇ, ਸਾਡਾ ਉੱਤਰ ਆ। ਅਗਲਾ ਕੁਐਸਚਨ ਆ, ਹੇਠਾਂ ਦਿੱਤੇ ਵਿੱਚੋਂ ਕਿਸ ਨੂੰ ਨਾਸਾ ਦੇ ਨਵੇਂ ਮੁੱਖ ਟੈਕਨੋਲੋਜਿਸਟ ਵਜੋਂ ਨਿਯੁਕਤ ਕੀਤਾ ਗਿਆ ਹੈ? ਏ ਸੀ ਚਰਨਿਆਂ ਨੂੰ। ਰਾਸ਼ਟਰੀ ਯੁਵਾ ਦਿਵਸ ਹਰ ਸਾਲ 12 ਜਨਵਰੀ ਨੂੰ ਡੈਸ਼ ਦੇ ਜਨਮ ਦਿਨ ਨੂੰ ਮਨਾਉਣ ਲਈ ਮਨਾਇਆ ਜਾਂਦਾ। ਕਿਸ ਦੇ ਜਨਮ ਦਿਨ ਨੂੰ ਮਨਾਉਣ ਲਈ ਮਨਾਇਆ ਜਾਂਦਾ? ਸਵਾਮੀ ਵਿਵੇਕਾਨੰਦ ਦੇ। ਸਾਡਾ ਅਗਲਾ ਕੁਐਸਚਨ ਆ, ਨੈਸ਼ਨਲ ਯੂਥ ਫੈਸਟੀਵਲ 2023 ਦਾ ਥੀਮ ਕੀ ਆ? ਵਿਕਸਿਤ ਨੌਜਵਾਨ, ਵਿਕਸਿਤ ਭਾਰਤ। ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰਾਲਾ ਭਾਰਤ ਸਰਕਾਰ ਵੱਲੋਂ ਸਵੱਛਤਾ ਪਖਵਾੜਾ ਦੇ ਤਹਿਤ ਡੈਸ਼ ਤੋਂ ਸੜਕ ਸੁਰੱਖਿਆ ਸਪਤਾਹ ਮਨਾਇਆ ਜਾ ਰਿਹਾ ਹੈ ਤਾਂ ਜੋ ਸਾਰਿਆਂ ਲਈ ਸੁਰੱਖਿਅਤ ਸੜਕਾਂ ਦੇ ਉਦੇਸ਼ ਦਾ ਪ੍ਰਚਾਰ ਕੀਤਾ ਜਾ ਸਕੇ। 11 ਤੋਂ 17 ਜਨਵਰੀ ਦਾ ਪਖਵਾੜਾ ਹੈ ਜਿਹੜਾ ਉਹ ਮਨਾਇਆ ਜਾ ਰਿਹਾ, ਸਪਤਾਹ ਮਨਾਇਆ ਜਾ ਰਿਹਾ ਹੈ ਇਸ ਕੰਮ ਲਈ। ਇਸ ਸਾਲ ਨੈਸ਼ਨਲ ਯੂਥ ਫੈਸਟੀਵਲ 2023 ਦੀ ਮੇਜ਼ਬਾਨੀ ਕਿਸ ਰਾਜ ਨੇ ਕੀਤੀ? ਕਰਨਾਟਕ ਨੇ। ਹੇ ਲਿਖਿਆਂ ਵਿੱਚੋਂ ਕਿਹੜਾ ਦੇਸ਼ ਪਬਲਿਕ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣ ਲਈ ਤਿਆਰ ਹੈ? ਕਿਹੜਾ ਦੇਸ਼ ਆ ਉਹ? ਆਸਟ੍ਰੇਲੀਆ। ਸਾਡਾ ਅਗਲਾ ਕੁਐਸਚਨ ਆ, ਮਸ਼ਹੂਰ ਲੇਖਕ
ਗੀਤਕਾਰ ਜਾਵੇਦ ਅਖਤਰ ਤੇ ਲਿਖੀ ਗਈ ਕਿਤਾਬ ਜਾਦੂਨਾਮਾ ਦੇ ਲੇਖਕ ਦਾ ਨਾਮ ਦੱਸੋ। ਪਹਿਲਾਂ ਵੀ ਇਹ ਕੁਐਸਚਨ ਅਸੀਂ ਕੀਤਾ, ਦੂਸਰੇ ਤਰੀਕੇ ਨਾਲ ਆਇਆ ਹੋਇਆ ਸੀ, ਅਰਵਿੰਦ ਮੰਡਲੋਈ ਆ ਇਸਦਾ ਨਾਮ। ਨੈਕਸਟ ਕੁਐਸਚਨ ਆ ਸਾਡੇ ਕੋਲ, ਡੈਸ਼ ਨੇ ਪੁਰਸ਼ ਵਿਸ਼ਵ ਕੱਪ ਦੀ ਮੇਜ਼ਬਾਨੀ ਨਾਲ ਜੋੜਨ ਲਈ ਇੱਕ ਨਵਾਂ ਮੈਟਾਵਰਸ ਉਤਪਾਦ ਲਾਂਚ ਕੀਤਾ ਹੈ, ਤਾਂ ਸਾਡਾ ਆਂਸਰ ਕੀ ਆ, ਹਾਕੀ ਇੰਡੀਆ। ਨੈਕਸਟ ਕੁਐਸਚਨ ਆ ਸਾਡੇ ਕੋਲ, ਗ੍ਰੀਸ ਦੇ ਸਾਬਕਾ ਅਤੇ ਆਖਰੀ ਰਾਜੇ ਦਾ ਨਾਮ ਦੱਸੋ ਜਿਸ ਨੇ 1974 ਵਿੱਚ ਦੇਸ਼ ਦੇ ਗਣਤੰਤਰ ਬਣਨ ਤੋਂ ਪਹਿਲਾਂ ਗ੍ਰੀਸ ਉੱਤੇ ਰਾਜ ਕੀਤਾ ਸੀ। ਸਾਡਾ ਆਂਸਰ ਕੀ ਆ, ਕਾਂਸਟੈਂਟਾਈਨ ਦੋ। ਅੱਗੇ ਕੁਐਸਚਨ ਆ ਸਾਡੇ ਕੋਲ, ਪ੍ਰਿੰਸ ਹੈਰੀ ਸਸੇਕਸ ਦੇ ਡਿਊਕ ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਮੈਂਬਰ ਨੇ ਡੈਸ਼ ਸਿਰਲੇਖ ਵਾਲੀ ਆਪਣੀ ਯਾਦ ਜਾਰੀ ਕੀਤੀ, ਤਾਂ ਸਾਡਾ ਆਂਸਰ ਕੀ ਆ, ਵਾਧੂ। ਐਸ਼ਲੇ ਗਾਰਡਨਰ ਨੇ ਦਸੰਬਰ 2022 ਲਈ ICC ਮਹਿਲਾ ਪਲੇਅਰ ਆਫ ਦਾ ਮਹੀਨਾ ਅਵਾਰਡ ਜਿੱਤਿਆ ਹੈ, ਉਹ ਹੇਠ ਦਿੱਤੇ ਦੇਸ਼ ਵਿੱਚੋਂ ਕਿਸ ਨਾਲ ਸੰਬੰਧਿਤ ਆ। ਸਾਡਾ ਉੱਤਰ ਕੀ ਆ, ਆਸਟ੍ਰੇਲੀਆ। ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਭਾਰਤ ਦੇ ਕਿਸ ਸ਼ਹਿਰ ਵਿੱਚ ਲੌਜਿਸਟਿਕਸ ਵਾਟਰਵੇਜ਼ ਐਂਡ ਕਮਿਊਨੀਕੇਸ਼ਨ ਸਕੂਲ ਦਾ ਉਦਘਾਟਨ ਕੀਤਾ, ਸਾਡਾ ਆਂਸਰ ਕੀ ਆ, ਇਸ ਨੂੰ ਫੜੋ। ਦਸੰਬਰ ਲਈ ICC ਪੁਰਸ਼ ਪਲੇਅਰ ਆਫ ਦਾ ਮਹੀਨਾ ਅਵਾਰਡ ਕਿਸ ਨੂੰ ਮਿਲਿਆ, ਹੈਰੀ ਬਰੂਕ ਨੂੰ। ਨਵੀਂ ਦਿੱਲੀ ਵਿੱਚ ਬਰੇਵਿੰਗ ਆ ਵਾਇਰਲ ਸਟੋਮ ਇੰਡੀਆਜ਼ COVID-19 ਵੈਕਸੀਨ ਸਟੋਰੀ ਸਿਰਲੇਖ ਵਾਲੀ ਕਿਤਾਬ ਨੂੰ ਅਧਿਕਾਰਤ ਤੌਰ 'ਤੇ ਕਿਸ ਨੇ ਲਾਂਚ ਕੀਤਾ, ਮਨਸੁਖ ਮਾਂਡਵੀਆ ਨੇ। ਨੈਕਸਟ ਕੁਐਸਚਨ ਆ ਸਾਡੇ ਕੋਲ, ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਡੈਸ਼ ਨੇ ਡਰੋਨ ਮਾਰਕੀਟ ਗਰੁੜ ਏਅਰ ਸਪੇਸ ਨੇ ਡਰੋਨੀ ਨਾਮ ਦਾ ਇੱਕ ਨਿਗਰਾਨੀ ਡਰੋਨ ਲਾਂਚ ਕੀਤਾ ਹੈ, ਸਾਡਾ ਆਂਸਰ ਕੀ ਆ, ਮਹਿੰਦਰ ਸਿੰਘ ਧੋਨੀ ਨੇ। ਅੱਗੇ ਕੁਐਸਚਨ ਆ ਸਾਡੇ ਕੋਲ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ਇੱਕ ਸਮਾਗਮ ਵਿੱਚ ਇਨਕਲਾਬੀ ਦਾ ਅਦਰ ਸਟੋਰੀ ਆਫ ਹਾਓ ਇੰਡੀਆ ਵੌਨ ਇਟਸ ਫਰੀਡਮ ਸਿਰਲੇਖ ਵਾਲੀ ਕਿਤਾਬ ਰਿਲੀਜ਼ ਕੀਤੀ ਆ, ਕਿਤਾਬ ਦਾ ਲੇਖਕ ਕੌਣ ਆ, ਕਿਤਾਬ ਦਾ ਲੇਖਕ ਹੈਗਾ ਜੀ ਸੰਜੀਵ ਸਾਨਿਆਲ। ਅੱਗੇ ਸਾਡੇ ਕੋਲ ਕੁਐਸਚਨ ਆ, ਗਲੋਬਲ ਆਰਗੇਨਾਈਜੇਸ਼ਨ ਆਫ ਪੀਪਲ ਆਫ ਇੰਡੀਅਨ ਓਰੀਜਨ ਦੇ 8 ਦੇਸ਼ਾਂ ਦੇ ਚੈਪਟਰਾਂ ਨਾਲ ਕਿਹੜਾ ਰਾਜ ਸੈਰ ਸਪਾਟਾ ਬੋਰਡ MOU ਸਾਈਨ ਕਰਦਾ ਹੈ, ਤਾਂ ਸਾਡਾ ਆਂਸਰ ਕੀ ਆ, ਮੱਧ ਪ੍ਰਦੇਸ਼। ਤੇਲੰਗਾਨਾ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਦਾ ਅਹੁਦਾ ਕਿਸਨੇ ਸੰਭਾਲਿਆ, ਸ਼ਾਂਤੀ ਕੁਮਾਰੀ ਨੇ। ਡੈਸ਼ ਵਿੱਚ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਸੁਰ ਸਰਿਤਾ ਸਿੰਫਨੀ ਆਫ ਗੰਗਾ ਦਾ ਆਯੋਜਨ ਕੀਤਾ ਗਿਆ, ਤਾਂ ਸਾਡਾ ਆਂਸਰ ਕੀ ਆ, ਵਾਰਾਣਸੀ ਵਿੱਚ। ਅਗਲਾ ਕੁਐਸਚਨ ਆ, ਹੇਠ ਲਿਖਿਆਂ ਵਿੱਚੋਂ ਕਿਹੜਾ ਦੇਸ਼ ਆਦਿਵਾਸੀ ਲੋਕਾਂ ਲਈ ਨਵਾਂ ਮੰਤਰਾਲਾ ਬਣਾਉਂਦਾ ਹੈ, ਬ੍ਰਾਜ਼ੀਲ। ਹੇਠ ਲਿਖੇ ਵਿੱਚੋਂ ਕਿਸ ਨੂੰ COP28 ਜਲਵਾਯੂ ਸੰਮੇਲਨ ਦੇ ਪ੍ਰਧਾਨ ਵਜੋਂ ਨਾਮਜ਼ਦ ਕੀਤਾ ਸੀ, ਸਾਡਾ ਆਂਸਰ ਕੀ ਆ, ਸੁਲਤਾਨ ਅਲ ਜਾਵਰ ਨੂੰ। ਨੈਕਸਟ ਕੁਐਸਚਨ ਆ ਸਾਡੇ ਕੋਲ, ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ
ਨੇ ਮਲਟੀਪਲੈਕਸ ਆਪਰੇਟਰ PVR ਦੇ ਰਲੇਵੇਂ ਨੂੰ ਹੇ ਲਿਖਿਆ ਵਿੱਚੋਂ ਕਿਸ ਨਾਲ ਮਨਜ਼ੂਰੀ ਦਿੱਤੀ ਹੈ? ਸਾਡਾ ਆਂਸਰ ਕੀ ਹੈ? ਸਟੇਨਲੈਸ ਸਟੀਲ ਨਾਲ। ਤਾਂ ਇਸ ਵੀਡੀਓ ਦੇ ਵਿੱਚ ਅਸੀਂ MCQs ਕੀਤੇ ਨੇ ਕਰੰਟ ਅਫੇਅਰਸ 2023 ਨਾਲ ਰਿਲੇਟਡ। ਆਉਣ ਵਾਲੀ ਵੀਡੀਓ 'ਚ ਫਿਰ ਅਸੀਂ ਅੱਗੇ ਕੰਟੀਨਿਊ ਕਰਾਂਗੇ। ਇਹੀ ਕਨਸੈਪਟ ਨੇ ਜਿਹੜੇ ਜਨਵਰੀ 23 ਦੇ ਵਿੱਚ ਹੋਰ ਕੀ ਕੀ ਗੱਲਾਂ ਸਾਂਝੀਆਂ ਕਰਨੀਆਂ ਨੇ ਕਰੰਟ ਅਫੇਅਰਸ ਬਾਰੇ ਤੁਹਾਡੇ ਨਾਲ। ਬਣੇ ਰਹੋ ਚੈਨਲ ਦੇ ਨਾਲ, ਫਿਰ ਮਿਲਦੇ ਹਾਂ। ਓਕੇ, ਥੈਂਕਸ।